اللهم قل لوليك الحجة ابن الحسن صلواتك عليه وعلى آبائه في هذه الساعة وفي كل ساعة وليا وحافظا وقائدا وناصرا ودليلا معنا حتى تسكنه وارزق طوعا وتمتعه فيها طويلا يا رب محمد وآل محمد صل على محمد وآل محمد وعجل فرج آل محمد فكشفنا عنك غطاءك فبصرك اليوم حديد نزيلك حيث متجهت رقابي وسيفك حيث كنت من البلاد اللهم انك ترى فلا ترى وانت بالمنظر الاعلى وانا اليك المنتهى والرجاء وان لك الاخره والاولى يا الله عظمت بطول دا صدقہ اے عشر محرم قبول کر جو بھی پاکستان اچ کائنات اچ مولا دے محرم ہو رہے واسطے بی بی زہرا دا پر امن فرما محبان اہل بیت دی حفاظت فرما اے میرے عشرے دے بانی یا جو بھی بانی مولا انہیں دی محنت قبول کر مولا انہیں دی عزت چ برکت بخش مولا انہیں دی رزق چ اضافہ فرما میرا مالک اے محبان اہل بیت جو گھر چھوڑ کے ہر ہر مقام مولا دا محرم سن رہے ہیں اللہ سائی انہیں کو رنگ لا انہیں دی ہر نیکار روح پوری کر مولا پنجن پاک دا صدقہ میں اس دفعہ اس جاتے آ محرم مو قبول فرما میں عبد ذلیل بندہ ناچیر دی عزت دی حفاظت بڑی دعا وارث کائنات دے ظہور تاجیل سانو مولا دے قدمے چ درجہ شہادت نصیب کر میرے مولا دا جت پیر ہوے اٹھائی خیر ہو مولا دے دشمنا کو ختم فرما اللہم صلی علی محمد و آل محمد ایمان والے صلوات پر اللہ تو اکو رنگ لاوے مولا تو اکو جزا خیر دے بزرگ اے ربائی بنا نالا محرم میں مٹھیاں مٹھیاں ربائیاں پڑ وقت دے مطابق کہیں دی دل آزاری نہ ہو اسا کو لالے چے شیعہ بھی سنے سنی بھی سنے وہ ساڑے بھیرا ہے او آمن نبی دے پتر دا عشرہ منام سانو اپنی برادری دی مجلس ضرورت ہے مٹھیاں مٹھیاں ربانیاں پڑھیاں کر وقت گزاری بیٹھے ہیں جو ہر کہیں کو پسند آو سلوات کرو واجل فرج ہوں بھائی میرے محرم دا معمول ہے کل سائن دا حق کل کنے شہدا شروع تھی ویسے میرے بانی میں کو آدھن جنگا سنا
ਮੈਂ ਕਿਹਾ ਮੈਂ ਜੰਗਾਂ ਮਹਿਫੂਜ਼ ਰੱਖਿਆ ਹੋਇਆ ਨੇ ਮਖਸੂਸ ਟਾਈਮਾਂ ਤੇ ਪੜਸਾ ਮੈਂ ਕੋਈ ਇਲਮੇ ਮੁਹੱਰਮ ਕਿਵੇਂ ਪੜ੍ਹੀ ਦੇ ਉਹਦੀ ਤਰਤੀਬ ਕਿਆ ਹੁੰਦੀ ਹੈ ਅੱਜ ਮਜਲਿਸ ਮਾਸੂਮਾ ਹੈ ਕੱਲ ਕਨੇ ਮੈਂ ਕਰਬਲਾ ਦੇ ਸ਼ਹੀਦਾਂ ਚ ਲਗਾ ਵੈਸਾ ਚਾਰ ਪੰਜ ਜੰਗਾਂ ਹਨ ਉਹ ਮੈਂ ਤੁਹਾਨੂੰ ਸਾਰੀਆਂ ਸੁਣੇ بسم الله الرحمن الرحيم انما يريد الله ليذهب عنكم الرجس اهل البيت ويطهركم تطهيرا چودھیں دے گھر دی مرکز بی بی دی اج دوسری مجلس ਤੇ ਤਮਾਮ ਅਸ਼ਰੇ ਦੀ ਮਾਲਕ ਤੇ ਮੁਦਾਈ ਬਤੂਲ ਹੈ ਦੋ ਮਜਲ ਸਤ ਸਾਇਣ ਜਾ ਪੜਾ ਮਜਲਾ ਸਦਾ ਜ਼ਿਆਦਾ ਕੱਲ ਹਲੀ ਆਇਆ ਤੇ ਅੱਲਾ ਦੇ ਇਹਨਾਂ ਮਾ ਯੁਰੀ ਦੁੱਲਾ ਕੱਲ ਦੱਸ ਗਿਆ ਮੈਂ ਅੱਲਾ ਦਾ ਪੱਕਾ ਇਰਾਦਾ ਮੇਰਾ ਹਤਮੀ ਤੇ ਅਟਲ ਇਰਾਦਾਜਾਸਤ ਗੁਨਾਹ ਤੁਹਾਡੇ ਨੇੜੇ ਨਾ ਅੱਲਾ ਦੇ ਅੱਲਾ ਮੈਂ ਤਾਰੀਖ ਦਾ ਜ਼ਿੰਮੇਦਾਰ ਨਹੀਂ ਜ਼ਮਾਨੇ ਦੇ ਰਿਵਾਜ ਦਾ ਜ਼ਿੰਮੇਦਾਰ ਨਹੀਂ ਮੈਂ ਹੁਕਮੇ ਇਲਾਹੀ ਦੀ ਪਾਬੰਦੀ ਕਰਦਾ ਔਰ ਜਬ ਤੱਕ ਜ਼ਮਾਨਾ ਕੋ ਬੇਨਿਆਜ਼ ਨਾ ਮੰਨੇ ਮੁਸਲਮਾਨ ਨਹੀਂ ਮੁਸ਼ਰਕ ਹੈ ਔਰ ਜ਼ਾਤ ਪਾਕ ਆਦੀ ਹੈ ਮੇਰਾ ਪੱਕਾ ਇਰਾਦਾ انما يريد الله ليذهب عنكم الرجس اهل البيت ਕਿ ਨਿਜਾਸਤ ਪਲੀਦਗੀ ਗੁਨਾਹ ਨਿਸਿਆਨ ਖਤਾ ਕਹੀਂ ਕਿਸਮ ਦੀ ਆਲਾਇਸ਼ ਮੈਂ ਤੁਹਾਡੇ ਕਰੀਬ ਨਹੀਂ ਆਵਣ ਦੇਵਣੀ ਵਾਜੋ ਤਾਹਿਰਾ ਕੁਮ ਤਤਹੀਰਾ ਹੱਦ ਚਾ ਮੁਕਾਈਏ ਅੱਲਾ ਮੈਂ ਤੁਹਾਨੂੰ ਏਡਾ ਵੱਡਾ ਤਾਹਿਰ ਕੀਤੇ ਤੁਹਾਡੇ ਬਾਅਦ ਮੇਰੀ ਕੁਦਰਤ ਚ ਤੁਸਾਂ ਕੰਨੇ ਵੱਡਾ ਤਾਹਿਰ ਬਣ ਨਾ ਸਕਦਾ ਇਸ ਵਾਸਤੇ ਜ਼ਮਾਨਾ ਜਿਹੜੇ ਕੁਰਾਨ ਪੜ੍ਹੇ ਮਨ ਨਹੀਂ ਸੁਣ ਦਿੱਖੇ ਮਕਸਦ ਏ ਤੌਹੀਦ ਹੀ ਸਭ ਹਦੀਸ ਨਹੀਂ ਜੋ ਦੁਨੀਆ ਆਖੇ ਰਾਵੀ ਕਮਜ਼ੋਰ ਹੈ ਅੱਲਾ ਹੈ ਰਿਵਾਇਤ ਮੰਦਰ ਘੜਤ ਤੇ ਕੁਰਾਨ ਹੈ ਤਵਜੋ ਹੈ ਇਹਦੇ ਬਾਅਦ ਅੱਲਾ ਦੇ ਵਰ ਨਜਮੇ ਇਹਦਾ ਹਵਾ ਮੈਨੂੰ ਕਸਮ ਹੈ ਉਸ ਤਾਰੇ ਦੀ ਜਲੇ ਲਹਿੰਦਾ ਪਿਆ ਜ਼ਮਾਨਾ ਸੁਣ ਲੈ ਕੇ ਕਰੋੜਾਂ ਸਾਲ ਤਾਰਾ ਚਮਕਦਾ ਰਹੇ ਕਸਮ ਨਹੀਂ ਬਣਿਆ ਜੇ ਟੁਰ ਪਾਇਆ ਤੇ ਮੈਂ ਕੋਈ ਰਵਾਨਗੀ ਦੀ ਕਸਮ ਹੈ ਯਾ ਅੱਲਾ ਕਿਹੜਾ ਵੱਡਾ ਕੰਮ ਹੈ ਜੋ ਤਾਰਾ ਭੇਜੇ ਅੱਲਾ ਫਰਮੇ ਦੇ ਅੱਜ ਮੈਂ ਜ਼ਮਾਨੇ ਨੂੰ ਦੱਸੇ ਨਾ ਬਤੂਲ ਗਿਆ ਹੈ ਅਲੀ ਗਿਆ ਕਮੀ ਦੇ ਮੈਨੇ ਤਾਰਾ ਪਿਆ ਦੇ ਮੈਂ ਕੋ ਅੱਜ ਤੱਕ ਸਮਝ ਨਹੀਂ ਆਈ
ਇੱਕ ਦਾ ਨਿਕਾਹ ਹੋਏ ਤਾਰਾ ਕੰਮੀ ਹੈ, ਤਿੰਨ ਦੀ ਸ਼ਾਦੀ ਹੋਈ ਹੈ ਮਦੀਨੇ ਦੇ ਕੁਫਾਰ ਨੂੰ ਇਲਮ ਨਹੀਂ। نبی دی توہین کر فیصلہ قیامت علی دا مقابلہ کر اسلام دا بچا گاڑھے تا نہ گاڑھ پر نجم دا ہوا منو قسم اس تارے دی جل لہندا پیا ਤਾਰੇ ਜ਼ਮੀਨ ਤੇ ਨਹੀਂ ਰਹਿੰਦੇ ਆਸਮਾਨ ਤੇ ਹੁੰਦਨ ਪੁੱਤਰ ਹੁੰਦੇ 16ਵੇਂ ਸਾਲ ਜਵਾਨ ਮਸਲਾ ਨਜ਼ਰੇ ਜੋ ਸਬਜ਼ੀ ਆ ਗਈ ਉਸ ਵੇਲੇ ਤਮੀਜ਼ ਆ ਗਈ ਇਸ ਅਕਲ ਪੁਖਤਾ ਹੋ ਗਏ ਹੁਣ ਬਾਲਗ ਨਮਾਜ਼ ਹੀ ਪੜ੍ਹੇ ਰੋਜ਼ਾ ਹੀ ਰੱਖੇ ਇਸ ਤੋਂ ਪਹਿਲੇ ਅੱਲਾ ਮਰਦ ਤੇ ਨਮਾਜ਼ ਵਾਜਿਬ ਨਹੀਂ ਕੀਤੀ ਰੋਜ਼ਾ ਵਾਜਿਬ ਨਹੀਂ ਕਿਉਂ ਤਿਫਲੇ ਗੈਰ ਮਮਈਆ ਦੇ ਤਮੀਜ਼ ਨਹੀਂ ਸੀ ਅਕਲ ਪੁਖਤਾ ਨਹੀਂ ਸੀ ਮਤਾ ਬਚਪਨ ਚ ਮੇਰੀ ਨਮਾਜ਼ ਕੋ ਖੇਲ ਕੂਦ ਚ ਬਦਲ ਕੇ ਇਬਾਦਤ ਦੇ ਰੂਹ ਕੋ ਮਜਰੂਹ ਕਰੇ ਪਹਿਲੇ ਅਕਲਮੰਦ ਬਣ ਅੱਲਾ ਦੇ ਮੁੜ ਨਮਾਜ਼ ਬਣ ਲੇਕਿਨ ਇੱਕ ਕਿਹੜੀ ਅਹਮੇ ਮੇਰੇ ਮੌਲਾ ਦੀ ਵਿਲਾਇਤ ਉਹ ਇਹਦੀ ਵੱਡੀ ਤੇਦਾਦ ਚ ਆਮਣ ਵਾਲੇ ਔਰ ਇਸ ਟਾਈਮ 9 ਵਜੇ ਮਜਮਾ ਮੁਕੰਮਲ ਅਲਹਮਦੁਲਿਲਾਹ ਰੱਬਿਲ ਆਲਮੀਨ 9 ਵਜੇ ਤਾਂ ਬੰਦੇ ਜਾਗਦੇ ਹਨ ਤੇਰੇ ਅਮਲ ਦਾ ਮੌਸਮ ਹੈ ਤੂੰ ਸ਼ਾਇਦ ਚਾਹ ਪੀਂਦਾ ਹੋ ਸਿਰ ਤੁਰ ਪਾਉਂਦਾ ਹੋ ਸੇ ਹੁਣ ਤੈਡੀ ਅਲੀ ਕਰੇ ਯਾ ਜਿਹੜਾ ਦੇ ਬੰਨਿਓ ਨਾ ਉਂਦੀ ਕਰੇ ਤੜਾ ਜਾਣਾ ਦਾ ਉੱਠੇ ਤੂੰ ਘਰ ਤੋਂ 20 ਦਿਨ ਬਾਹਰ ਨਹੀਂ ਬਹਿੰਦਾ ਬਤੂਲ ਦੇ ਪੁੱਤਰ ਦੇ ਆਇਆ ਮੈਨੂੰ ਸਾਡੇ ਘਰ ਨਹੀਂ ਰਹਿੰਦਾ ਮਬਦਤ ਕੋਲ ਬਾ ਅਜਾਰੇ ਧੀ ਹੁੰਦੀ ਏ ਯਾਦ ਰੱਖਣਾ ਡਲਵਾਨੇ ਸੈਯਦ ਕਨੇ ਮੁਹਰਮ ਸੁਣਾ ਡਾਲਾ 10 ਸਾਲ ਦੀ ਧੀ ਹੋਵੇ ਨਮਾਜ਼ ਵਾਜਿਬ ਇਸਲਾਮ ਵਿੱਚ ਬਾਲੇ 10 ਸਾਲ ਰੋਜ਼ਾ ਵਾਜਿਬ ਇਸ ਪਰਦਾ ਵਾਜਿਬ ਇਸ ਤੇਰੀ ਮਰਜ਼ੀ ਪੱਠੇ ਕਰਾ ਤੇਰੀ ਮਰਜ਼ੀ ਬਾਜ਼ਾਰ ਚ ਸੌਦੇ ਕਿਤੇ ਵੇ ਅੱਲਾ ਦੇ ਜਵਾਨੇ ਘਰ ਰੱਖ ਹਿਫਾਜ਼ਤ ਕਰ ਤੇਰੀ ਇੱਜ਼ਤ ਇਹਦੀ ਮੁੱਠੀ ਹੈ ਚ ਇਹ ਇਸਲਾਮ ਇਸਲਾਮ ਵਿੱਚ ਰਿਸ਼ਤੇ ਹਨ ਦੋ ਇੱਕ ਹੈ ਸਿਹਰ ਸਿਹਰ ਚ ਨਿਕਾਹ ਹਲਾਲ ਹੈ ਇੱਕ ਹੈ ਨਸ ਨਸ ਵਿੱਚ ਨਿਕਾਹ ਹਰਾਮ ਹੈ ਪਿਓ ਨਸ ਵੇ ਫਿਰਾ ਨਸ ਵੇ ਚਾਚਾ ਨਸ ਵੇ ਮਾਮਾ ਨਸ ਵੇ ਤਵੱਜੋ ਹੈ ਨਿਕਾਹ ਹੈ ਅੱਲਾ ਦੇ ਨਿਕਾਹ ਤੋਂ ਪਹਿਲੇ ਮੱਥੇ ਨਾ ਲਾ
زمانے دا رواج اور آئین الہی اور میں امام حسین دی سٹیج تے نہ کھت کہہ کو آکھ میں رسول دے پتر دے منبر تے منبر رسول تے نہ دساں تے کام دسے سکھا دس رسے کرار ہا دس سن منکر رسول ہا دس سن جو ہوں دا آئینے تا دس سال دی بات مستور دا پردائے امتی دا سٹھ سال دی سید زادی ستر سال جلے ہو بنجے پرد دی ضرورت نہیں رسا کرنا ہی جو کٹ گئے خطرے دی ہاتھ گزر گئے اے پہلا امام بانا ہے جہاں دے میں کو سمانی کوئی نہیں نظر دے میں بھی زندگی ہے اے پہلی تھا ہر میں وید اپنیاں کہ مرد ہی مرد پردہ داراں دا جیڑی مقام ہے اے بھی بطول دی نصیحت دا اثر ہے شاباش مرحبا میرا ہاں ٹھر گئے کہ مرد دے نال سمانی نہیں اے اگ تے پانی دا تاہے محفوظ رہے 14 آنن دعا کر کے بنی جلے 10 سال دی عمر چ عصمت کبریٰ دا قدم آئے بھائی غیرت مند لوگ بیٹھے ہو کمال ہے تواڈی میں چوتھی مجلس پیا پڑھدا زہر دا جام تاریخ بھر دیتے اگ لائی میں ہوں دا جواب دے بڑے بڑے رئیس مدینے دے ملک تجار سونے جواہرات دے تاجر بڑے بڑے زردار اے بھی اللہ دی مسلحت آئی رشتے کیتے نبی کنے آمن لگے آج ایندے ویچ پہاڑ پھٹ سی عبد الرحمن ابن عوف جواہرات دا تاجر مدینہ یہ جواہرات لے کے نبی خاتم دے اگوں آ سٹیے نقل کفر کفر نہ باشد حق مہر لائے رشتے دا فیصلہ میرے حق وچ کر کدی کسے تے غصے نہ ہومن والے پیغمبر رحمت دی فلک جبین تے جلال دے پسینے دے قطرے ستارہ زہرا دی خمادی کرنا سرخ ہو گیا رحمت للعالمین دا چہرہ غصے تو نبی تپ گیا سنگریزیں دی مٹھی بھری شاہ تل وجو کر کے اندی چھولی اچ سٹی لال ادن بن گئے پر میں نا مدینہ دا جواہرات دا تاجر ایک موتی دی قیمت کار مجمع بد گئے میں اٹھ کھڑا پچھلے نہیں نظر دے ایک موتی دی قیمت کار اے آج ملک عرب کرا بے انصافی فرمیندن جاہل انسان
ਇਸ ਮਤ ਦੀ ਮਲਕਾ ਟਕਿਆਂ ਦੇ ਇਹ ਵਦ ਨਹੀਂ ਮਿਲਦੀ। ਆ ਮੈਂ ਤੈਨੂੰ ਸਮਝਾਵਾਂ ਇਹ ਕੌਣ ਏ। ਮੈਂ ਨਬੀਆਂ ਦਾ ਸੁਲਤਾਨ ਦਾ ਬਲੀ ਆ, ਮੇਰੀ ਸੱਕੀ ਧੀ ਏ, ਮੈਂ ਸੱਕਾ ਵਾਲਦਾ, ਲੇਕਿਨ ਇਹ ਉਹ ਧੀ ਏ ਜਿਹਦਾ ਬੜਾ ਹੈ ਰਾਸਤ ਡਾਇਰੈਕਟ। ਮੈਂ ਰਿਸ਼ਤਾ ਤੈ ਨਹੀਂ ਕਰ ਸਕਦਾ, ਜੱਡਣ ਆਰਡਰ ਦੇ ਸੀ ਮੈਂ ਐਲਾਨ ਕਰੇ ਸਾ। ਯਾਰ 8-9 ਹਜ਼ਾਰ ਦਾ ਮਜਮਾ ਹੈ, ਨਾਰੇ ਦੀ ਆਵਾਜ਼ ਤਾਂ ਮੌਦੇ ਬੁੱਝਣੀ ਚਾਹੀਦੀ ਹੈ। ਤੇਰਾ ਮਿਆਰ ਜੱਡਣ ਆਡਰ ਦੇ ਸੀ ਸੋਚ, ਸੈਯਦ ਦੇ ਲਫ਼ਜ਼ਾਂ ਕੋ ਦਿਲ ਚ ਸਹਿਨ ਵਿੱਚ ਜਾ, ਜੱਡਣ ਹੁਕਮ ਦੇ ਸੀ ਮੈਂ ਐਲਾਨ ਕਰ ਸਾ, ਸਾਰਾ ਦਿਨ ਨਬੀ ਦੇ ਜਾ, ਸਾਰੀ ਰਾਤ ਪਰੇਸ਼ਾਨ। ਖੁਦਾ ਬੰਦਾ ਏ ਅਰਬ ਦੇ ਜਾਹਿਲ, ਇਹ ਅਰਬ ਦੇ ਬਦਵੀ, ਇਹ ਦੁਨੀਆ ਦੀ ਗੈਰ ਮੁਹੱਜ਼ਬ ਮਖਲੂਕ, ਇਹ ਜੁਆਰੀ ਕਮਾਰ ਬਾਸ, ਇਹ ਧੀਆਂ ਜ਼ਿੰਦਾ ਦਰਗੋਰ ਕਰਨ ਵਾਲੇ, ਇਹ ਚੁਹਲਾ ਏ ਅਰਬ, ਇਹ ਤੇਰੇ ਘਰ ਵਿੱਚ ਬੁੱਤ ਰੱਖਣ ਵਾਲੇ, ਇਹ ਸਾਰੇ ਮੁਸ਼ਰਕੀਨ ਨੂੰ ਮੈਂ ਇਸਲਾਮ ਦੀ ਨਿਮਤ ਦਿੱਤੀ ਏ। ਇਹ ਕੱਲ ਧੀ ਦੇ ਸਰ ਤੇ ਛਿਪਰਾ ਡਹਿਣ ਦੇ ਸਕਦੇ, ਅੱਜ ਅਲੀ ਦੀ ਜ਼ਰਬ ਦਾ ਸਦਕਾ ਖਾ ਕੇ ਰਈਸ ਬਣ ਗਏ। ਪਿਛਲੀ ਰਾਤ ਜਿਬਰੀਲ ਨਾਜ਼ਿਲ, ਮੇਰਾ ਹਬੀਬ ਤੂੰ ਜਮਾਲ ਹੀ ਜਮਾਲ ਹੈ, ਮੈਂ ਤੇਰੇ ਚ ਹੁੱਸਾ ਕਾਬਿਲ ਨਹੀਂ ਰੱਖੀ, ਤੂੰ ਰਹਿਮਤ ਹੀ ਰਹਿਮਤ ਹੈ, ਤੂੰ ਜਮਾਲ ਹੈ ਜਲਾਲ ਔਰੇ। ਮੇਰਾ ਹਬੀਬ ਆਪਣੇ ਮਿਜ਼ਾਜ ਕੋ ਇਤਦਾਲ ਤੇ ਘਿਰਨਾ, ਮੈਂ ਕਾਦਰ ਮੁਤਲਕ ਆ, ਮੈਂ ਇਸਮਤ ਬਤੂਲ ਦਾ ਉਹ ਬਨ ਬੜੇ ਸਾ, ਕਿ ਆਦਮ ਨਹੀਂ ਸਾ ਤੱਕ ਰਿਸ਼ਤੇ ਦੀ ਜੁਰਤ ਕਰ ਗਏ, ਮੈਂ ਖਾਲਿਕ ਨਹੀਂ ਬਤੂਲ ਮਖਲੂਕ। ਯਾਰ ਬੈਠੇ ਹੋ ਮੇਰੇ ਭਾਈ ਰਸੂਲਾ ਦੇ ਮਾਲਕ, ਕਿਆ ਇੰਤਜ਼ਾਮ ਹੈ ਮੇਰੀ ਬੇਟੀ ਦੇ ਹਦੂਦ ਇਸ ਮਰਦਾ, ਪਰ ਮੈਂ ਮਨਾ ਦਿਆਂ ਕਰ ਅਰਬ, ਐਲਾਨ ਕਰ ਮਦੀਨੇ, ਯਕਮ ਜ਼ਿਲ ਹਜ ਦੀ ਰਾਤ 17ਵੇਂ ਦਿਨ, ਇੱਕ ਆਇਤ ਕੁਬਰਾ, ਇੱਕ ਮੁਨੱਵਰ ਦਲੀਲ, ਇੱਕ ਰੌਸ਼ਨ ਸਤਾਰਾ, ਅੱਗ ਦੇ ਬਤੂਲ ਦਾ ਕੰਮੀ ਬਣ ਕੇ ਜ਼ਮੀਨ ਤੇ ਲਾਸੀ, ਕਹਿੰਦੇ ਘਰ ਉਤਰ ਗਿਆ, ਮੈਂ ਬਤੂਲ ਦਾ ਰਿਸ਼ਤਾ ਕਬੂਲ ਕੀਤਾ। ਓ ਯਾਰਾ ਜ਼ਮਾਨਾ ਵੇਖ ਕੇ ਮੈਂ ਪਹਾੜ ਸੀ ਨੇ ਇਸ ਦਫ਼ਨ ਕੀਤੀ ਕਰਾਂ, ਅਗਰ ਮੈਂ ਰਾਤ ਉੱਠ ਜਾ ਕਰਾਂ ਤਾਂ ਜ਼ਲਜ਼ਲਾ ਆਵੇ ਸੀ। ਇਹ ਜ਼ਮਾਨੇ ਨੂੰ ਤਾਰੀਖ ਦਾ ਇਲਮ ਨਹੀਂ ਹੋ ਚਿੱਟੀ ਦਾੜੀ ਆਲਾ, ਇਹ ਦੁਨੀਆ ਆਗੂ ਤੇ ਵਹਿੰਦੀ ਏ, ਵੰਨ ਤਾਰੀਖ ਪੜ ਤੇ ਜਿਹੜਾ ਚਾਰ ਬਣਾਇਆ ਗਏ ਉਹਨਾਂ ਦੇ ਪਹਿਲੇ ਰਿਸ਼ਤੇ ਕਿਆ ਹਨ, ਉਤਬਾ ਉਤੈਬਾ ਅਬੂ ਲਾਸ ਬਿਨ ਰਬੀ, ਉਤਬਾ ਉਤੈਬਾ ਅਬੂ ਜਹਿਲ ਦੇ ਪੁੱਤਰ, ਅਬੂ ਲਾਸ ਰਬੀ ਦਾ ਪੁੱਤਰ ਏ। ਥੱਕੇ ਤਨੇ ਵੇ ਬੈਠੇ ਮੁਸ਼ਰਕ ਹਨ ਕਾਫਿਰ ਹਨ, ਅੱਲਾ ਵੀ ਲਾਹਬ ਤੇ ਲਾਨਤ ਕੀਤੀ ਏ, ਤਬਤ ਯਦਾ ਵੀ ਲੈ ਤੇ ਮੁਅੱਤਬ,
ਅਬੀ ਲਾਬ ਦੇ ਹੱਥ ਟੁੱਟ ਵੰਜਨ ਮਲੂਨ ਏ ਮੇਰੇ ਹਬੀਬ ਕੋ ਤਕਲੀਫ ਦਿੱਤੀ ਏ ਅੱਲਾ ਲਾਨਤ ਕਰੇ ਦੇ ਮੁਹੰਮਦ ਰਿਸ਼ਤੇ ਦੇ ਦੇ ਸਮਾਰ ਮੈਂ ਤੈਨੂੰ ਸੁਣਾ ਲਵਾਂ ਮੁਕਾਬਲਾ ਕਰ ਦੀਨ ਤੇ ਬਚਾ ਅਲੀ ਦੇ ਘਰ ਜੋ ਸਹਿਣ ਤੈ ਗਾਢੇ ਗੱਠ ਤੈਨੂੰ ਕਿਆ ਪਤਾ ਤਾਰੀਖ ਚ ਕਿਆ ਪਾਏ ਹੁਣ ਮੈਂ ਤੁਹਾਡਾ ਫਿਕਰਾ ਦਾ ਮਜਮੇ ਦਾ ਜ਼ਹਿਨ ਦੇ ਦਾ ਮੇਰਾ ਜ਼ਮਾਨਾ ਤੇ ਚੱਲੇ ਜੇ ਮੇਰਾ ਜ਼ਮਾਨਾ ਤੇ ਚੱਲੇ ਜੇ ਨਿਜਾਤ ਜਹੰਨਮ ਦਾ ਦਰਦਨਾਕ ਅਜ਼ਾਬ ਯਕਮ ਜ਼ਲਹਜ ਦੀ ਰਾਤ ਮੈਂ ਕਿ ਆਇਤ ਕੁਬਰਾ ਮੁਨੱਵਰ ਦਲੀ ਜ਼ਮਾਨਾ ਵੇਖੇ ਆਸਮਾਨ ਤੂੰ ਤਾਰਾ ਭੇਜੇ ਸਾ ਬਨ ਨਜ ਮੇ ਇਜ਼ਾ ਹਵਾ ਤੂੰ ਬੜਾ ਖੁਸ਼ ਬੈਠੇ ਮੈਂ ਬੁੱਢੜਾ ਬੰਦਾ ਹੈ ਬੜੇ ਸਮਝਦਾਰ ਇਲਾਕਾ ਹੈ ਬੜੇ ਲਾਇਕ ਲੋਕ ਹੋ ਲੇਕਿਨ ਅਲੀ ਦੀ ਬਚਣੇ ਦੀ ਮਜਲਿਸ ਚ ਚੁੱਪ ਕਰਕੇ ਬਾਣਾ ਇਹਦੀ ਸਜ਼ਾ ਹੈ ਇਹ ਜ਼ਬਾਨ ਤੇਰੀ ਬੋਲਣ ਕੀ ਤੇ ਨਹੀਂ ਬਣੀ ਸ਼ਾ ਅਲੀ ਦੀ ਗਵਾਹੀ ਕੀ ਤੇ ਬਣੀ ਹੈ ਪੰਜੀ ਅੱਧੇ ਘੰਟੇ ਵਾਲਾ ਤਾਂ ਨਹੀਂ ਮੈਂ ਤਾਂ ਪੂਰੀ ਮਜਲਸਾਂ ਪੜ੍ਹਦਾ ਮੈਂ ਤਾਂ ਜਿੱਥੇ ਵਹਿਣਾ ਖੈਰਾਤ ਸਾਈਆਂ ਦੇਵਣੀ ਏ ਮੈਂ ਆਪਣੀ ਨੌਕਰੀ ਸਹੀ ਦੇਣਾ ਮੇਰਾ ਦੀਨ ਏ ਮੇਰਾ ਈਮਾਨ ਏ ਮੈਂ ਸਈਆ ਦਾ ਮੈਂ ਨਹੀਂ ਕਰ ਸਕਦਾ ਕਹੀਂ ਨਾਲ ਪਰਾ ਦੁਆ ਕੀਤੀ ਰਹੋ ਮੌਲਾ ਭਲੀ ਕਰ ਸੀ ਸਮਝਿਆ ਜਨਾਬ ਸਲਸਲਾ ਕਿ ਤਾਰਾ ਆਸਮਾਨ ਤੂੰ ਆਸੀ ਅੱਕ ਦੇ ਜ਼ਹਰਾ ਕੀਤੇ ਔਰ ਰੱਬ ਸਜਦਾ ਪਾਏ ਮਦੀਨਾ ਦੁਲਹਨ ਦੀ ਤਰ੍ਹਾਂ ਸਮਰਦਾ ਪਾਏ ਉਮਰਾ ਮਹਲ ਸਿਝਾਏ ਰੋਸਾ ਕੋਠੀਆ ਰਾਸਤਾ ਕੀਤੀਆ ਅਤਲਾ ਸੋ ਦੀਵਾ ਦਾ ਰੰਗੀਨ ਕਾਲੀ ਨਾ ਆਵੇਜ਼ਾ ਸੈ ਮੂਰੀ ਤੋਸ਼ਕ ਦੇ ਫਰਸ਼ ਲੋਬਾ ਨੇ ਅਹਮਰ ਸ਼ਮਦਾ ਨੇ ਕਾਫੂਰੀ ਇਤਰ ਗੁਲਾਬ ਦੇ ਛਿੜਕਾ ਗਰੀਬਾ ਨੇ ਕੱਚੇ ਕੋਠੇ ਲੈ ਪੇ ਚੋਪੇ ਕੀਤੇ ਮਜ਼ਦੂਰਾਂ ਨੇ ਝੋਪੜੀਆਂ ਸਜਾਈਆਂ ਇੰਜ ਮਦੀਨਾ ਸਜਿਆ ਜੋ 80 ਸਾਲੀ ਬੁੱਢੀ ਵੀ ਕਜਲ ਪਾ ਖੜਿਆ ਹੋ ਸੀ
ਸੱਜ ਗਿਆ ਮਦੀਨਾ ਯਕਮ ਜ਼ਿਲ ਹਜ ਦਾ ਚੰਨ ਚੜੇ ਖੁਰਦੋ ਕਲਾ ਪੀਰੋ ਜਵਾਨ ਬੱਚੇ ਬੁੱਢੇ ਮੋਮਨ ਮੁਨਾਫਿਕ ਗੰਦਮ ਨੁਮਾ ਜਾ ਫਰੋਸ਼ ਜ਼ੀਨਤ ਕਰਕੇ ਛੱਤਾਂ ਤੇ ਆ ਗਏ ਅਜੂਬਾ ਰੁਜ਼ਗਾਰ ਆਸਮਾਨ ਤੇ ਦੀਦੇ ਤਾਰਾ ਖੇਲੇ ਆਂਦੇ ਰਾਤ ਦੇ 12 ਵੱਜ ਗਏ ਨਬਜ਼ਾ ਰੁਕ ਗਈਆਂ ਖੂਨ ਦੇ ਦੌਰੇ ਖਤਮ ਹੋ ਗਏ ਅੱਖੀ ਪਥਰਾ ਗਈਆਂ ਇਹ ਅੱਲਾ 6 ਘੰਟੇ ਕਿਉਂ ਖੜਾਏ ਹਰ ਸ਼ਾਇ ਭੁੱਲ ਵਜੇ ਖੜਨ ਯਾਦ ਰਾਇਆ ਜਿਉਂਦੇ ਰਹੋ ਸਲਾਮਤ ਰਹੋ ਖੜਨ ਯਾਦ ਰਾਏ ਸਵਾ 12 ਵਜੇ ਰਾਤ ਦੇ ਅੱਲਾ ਜੱਲਾ ਸ਼ਾਨ ਹੋ ਅਜਰਾ ਮੇ ਫਲਕੀ ਸੱਤ ਆਸਮਾਨ ਦੇ ਚੰਨ ਸੂਰਜ ਸਤਾਰਿਆਂ ਨੂੰ ਆਡਰ ਨਸ਼ਰ ਕੀਤਾ ਆਏ ਸੱਤ ਆਸਮਾਨ ਦੇ ਚੰਨ ਸੂਰਜ ਸਤਾਰੇ ਨਾ ਮੈਂ ਕਹੀ ਦੇ ਗਮ ਸ਼ਰੀਰ ਨਾ ਖੁਸ਼ੀ ਚ ਭਾਈਵਾਲ ਨਾ ਮੇਰਾ ਪਿਓ ਨਾ ਮਾਂ ਨਾ ਬੀਵੀ ਨਾ ਔਲਾਦ ਮੈਂ ਇੱਕ ਰੌਤਾ ਯਕਾ ਨਾ ਬੇਮਿਸਲੋ ਬੇਮਿਸਾਲ ਅੱਲਾਹ ਲੱਖਾਂ ਮਰਨ ਮੈਂ ਰੋਂਦਾ ਨਹੀਂ ਕਰੋੜਾ ਜੰਮਨ ਮੈਂ ਹੱਸਦਾ ਨਹੀਂ ਮੈਂ ਕਿਸੇ ਦਾ ਜ਼ਿੰਮੇਵਾਰ ਨਹੀਂ ਮੈਂ ਜ਼ਿੰਦਗੀ ਆ ਮੁਕਰਰ ਕਰ ਦਿੱਤੇ ਲੇਕਿਨ ਅੱਜ ਦੀ ਸ਼ਾਦੀ ਦਾ ਇੰਤਜ਼ਾਮ ਮੈਂ ਜ਼ਾਤੇ ਵਾਜਿਬੁਲ ਵਜੂਦ ਤੇ ਵਾਜਿਬ ਕਿਆ ਬਾਤ ਹੈ ਸੁਣਨ ਵਾਲੇ ਦੀ ਤੂੰ ਦੁਨੀਆਂ ਤੋਂ ਕਿਸੇ ਤੋਂ ਘੱਟ ਨਹੀਂ ਵੱਧ ਮੈਂ ਸਾਰੇ ਲਾਹੌਰ ਪਿੰਡੀ ਕਰਾਚੀ ਵੇਖੇ ਹੋਏ ਲੇਕਿਨ ਜਦੋਂ ਜੋੜ ਬਾਹੋ ਤੋ ਆਕੋ ਜ਼ਾਕਰੀ ਦੇ ਹਦੂਦ ਦਾ ਇਲਮ ਉਹਨੇ ਤਾਂ 80 ਸਾਲ ਤੋਂ ਗਈ ਹੈ ਆਜ਼ਾਦਾਰੀ ਤੂੰ ਜੱਦੀ ਪੁਸ਼ਤੀ ਹੈ ਤੈਨੂੰ ਇਲਮ ਹੈ ਔਰ ਤੂੰ ਦੋ ਤੇ ਕਾਇਮ ਦਾਰਾਂ ਕੁਰਬਾਨ ਕਰਾਂ ਜਨਾਬ ਐਲਾਨ ਕੀਤਾ ਅੱਲਾਹ ਕਿਹੜਾ ਜਨ ਸੂਰੇ ਸਤਾਰਾ ਹੈ ਜਿਹੜਾ ਅੱਗ ਦੇ ਬਤੂਲ ਦਾ ਕੰਮੀ ਬਣ ਕੇ ਜਾਂਦਾ ਪਹਿਲੇ ਸਿੱਧ ਸਾਹਿਬ ਵਧੇ ਖੁਦਾ ਬੰਦਾ ਮੈਂ ਸਯਾਰਾ ਆਜ਼ਮ ਹਾਂ ਮੈਂ ਆਫਤਾਬ ਆਲਮ ਤਾਬਾ ਮੇਰੀ ਤਪਿਸ਼ ਨਾਲ ਜ਼ਮੀਨ ਪਾਕ ਹੁੰਦੀ ਹੈ ਮੈਂ ਏਡਾ ਜਲਾਲੀਆਂ ਵਾਲਾ ਸ਼ੇਰ ਦੀ ਜੁਰਤ ਨਹੀਂ ਮੇਰੇ ਨਾਲ ਅੱਖ ਮਿਲਾਵੇ ਵੱਡੇ ਘਰ ਦੀ ਸ਼ਾਦੀ ਏ ਮੈਡਾ ਹੱਕ ਪਾਏ ਕੇ ਅੱਲਾ ਦੇ ਸਿੱਜ ਮਜਬੂਰੀ ਏ ਤੇਰੇ ਮਿਜ਼ਾਜ ਚ ਸ਼ੋਫੀ ਏ ਉਹ ਬੂਹਾ ਨਿਆਜ਼ ਮੰਦੀ ਦਾ ਸ਼ਾਦੀ ਵਿੱਚ ਕੁਆਰੇ ਨਾਰਾ ਨਾ ਮਾਰਾ ਕੁਆਰਾ ਮਰਸੀ ਸ਼ਾਬਾਸ਼ ਹਟ ਗਿਆ ਚੰਨ ਵਧਿਆ ਖੁਦਾ ਬੰਦਾ ਮੈਂ ਮੁਨੱਵਰ ਹਸੀਨ ਮੇਰੀ ਰੌਸ਼ਨੀ ਵਿੱਚ ਠੰਡਾ ਕੇ ਦੁਨੀਆ ਮੇਰੀ ਰੌਸ਼ਨੀ ਤੇ ਰਾਤ ਦੇ ਸਫ਼ਰ ਕਰਦੀ ਏ ਦੁਨੀਆ ਪੁੱਤਰਾਂ ਨੂੰ ਮੇਰੇ ਨਾਲ ਮਿਸਾਲਾਂ ਦਿੰਦੀ ਏ ਚੰਨ ਵਰਗਾ ਬਚੜਾ ਪੁੱਤਰ ਜੋ ਕਵੇ ਦੀ ਦੂਸਰੀ ਸਾਈਡ ਹੋਵੇ ਮਾਂ ਦਾ ਤਾਂ ਚੰਨ ਮਿਜ਼ਾਜ
ਸੋਹਣਾ ਚਾਨਣਾ ਮੇਰਾ ਹੱਕ ਬਣਦੇ ਅੱਲਾ ਦੀ ਆਵਾਜ਼ ਆਈ ਚੰਨ ਮਜਬੂਰੀ ਏ ਤੇਰੇ ਚਿਹਰੇ ਤੇ ਦਾਗ ਨੇ ਉਹ ਜੋੜਾ ਬੇਦਾਗ ਚੰਨ ਵੀ ਹਟ ਗਿਆ ਹਰ ਕਈ ਖਾਹੇ ਜ਼ਾਹਿਰ ਕੀਤੀ ਨਿਗਾਹ ਕੁਦਰਤ ਨਾ ਜੱਚੇ ਇਹ ਉਭਰ ਤੇ ਈਸਟਨ ਹਾਰੀ ਜਾਂਦੇ ਕੁਤਬ ਸ਼ੁਮਾਲੀ ਏ ਟਿਮਟਿਮਾ ਦੀ ਰੋਸ਼ਨੀ ਜ਼ਰਦੀ ਮਾਇਲ ਚਿਹਰਾ ਸ਼ਰਾਫਤ ਦਾ ਪੈਕਰ ਨਿਆਜ਼ ਮੰਦੀ ਦਾ ਮੰਬਾ ਬੁਰਜ ਦਾ ਧਨੀ ਮੁਕੱਦਰ ਦਾ ਰਾਸ ਸੋਹਰਾ ਸਤਾਰਾ ਤਖੈਯੁਲਾਤ ਦੀ ਦੁਨੀਆ ਚ ਤਜਵੀਜ਼ਾ ਖੜਾ ਕਰਦੇ ਆ ਅੱਲਾ ਦੀ ਆਵਾਜ਼ ਆਈ ਜ਼ੋਹਰਾ ਜੀ ਮਾਲਕ ਹਰ ਕਿਸੇ ਖਾਹਿਸ਼ ਜ਼ਾਹਿਰ ਕੀਤੀ ਤੂੰ ਨੀ ਬੋਲਿਆ ਜ਼ੋਹਰਾ ਦੇਈ ਸਾਦਤ ਬਦੋਰੇ ਬਾਦੂ ਨੀਸ ਤਾ ਨਾ ਬਖਸ਼ਦ ਖੁਦਾ ਏ ਬਖਸ਼ਿੰਦਾ ਜ਼ਬਰਦਸਤੀ ਮਿਲਣ ਵਾਲੀ ਸਾਦਤ ਨੀ ਜੇ ਤੁੜੀ ਤੂੰ ਰਹਿਮ ਨਾ ਕਰੇ ਮੇਰੀ ਹੈਸੀਅਤ ਕਿਆ ਏ ਦੀ ਨਿਆਜ਼ ਮੰਦੀ ਬੇਨਿਆਜ਼ ਨੂੰ ਪਸੰਦ ਆ ਪਰ ਮੈਂ ਉਹ ਸਾਰਾ ਤੂੰ ਜ਼ੋਹਰਾ ਚੱਲ ਹਿੰਮਤ ਦਾ ਧਨੀ ਜਾ ਜਿਹੜਾ ਬੜੀਆਂ ਦੁਆਵਾਂ ਸਲਾਮਤ ਰਹੋ ਜ਼ੋਹਰਾ ਤਿਆਰੀ ਕੀਤੀ ਤਵੱਕਲ ਤੋਂ ਅੱਲਾਹ ਦਾ ਮਾਮਾ ਰਜ਼ਾ ਏ ਖੁਦਾ ਦਾ ਜੁੱਬਾ ਕੈਸੂ ਏ ਮੁਸ਼ਤਬੂ ਏ ਰਸੂਲ ਬਰਦੋਸ਼ ਕੱਲਾ ਤੇ ਖਿਦਰਾ ਬਦਨ ਤੇ ਚਸ਼ਮਾ ਹਿਲਾਲੀ ਅੱਖ ਤੇ ਮੁਕੱਦਰ ਦੀ ਤਸਬੀਹ ਤੇ ਨਿਆਜ਼ ਮੰਦੀ ਦਾ ਸਰਮਾਇਆ ਲੈ ਕੇ ਆਸਮਾਨ ਏ ਅਵਲ ਦਾ ਬੂਹਾ ਖੋਲੇ ਢਾਈ ਵਜੇ ਰਾਤ ਦੇ ਫਜ਼ਾ ਏ ਬਸੀਤ ਚ ਰੋਜ਼ੋ ਰਾਤ ਦਾਖਲ ਬਰਬਾਸ਼ਾ ਫਜ਼ਾ ਲੈ ਚ ਪੂਰਾ ਕਰਨ ਲੈ ਰਾਹ ਚ ਨਾ ਰੁਕਦਾ ਮੱਕਾ ਮੀਨਾ ਵੇਖਿਆ ਜ਼ਮਜ਼ਮ ਉਹ ਸਭਾ ਵੇਖਿਆ ਮਕਾਮ ਏ ਕਿਬਰੀਆ ਵੇਖਿਆ ਪਸਤੀ ਉਹ ਬੁਲੰਦੀ ਵੇਖੀ ਹਰ ਜ਼ੀ ਸ਼ਊਰ ਦੀ ਹਸਤੀ ਨੂੰ ਵਾਕੀ ਮੁਲ ਵਜ਼ਨਾ ਬਿਲ ਕਿਸਤੇ ਵਲਾ ਤੁਕ ਸਿਰੁਲ ਮੀਜ਼ਾਨ ਦੇ ਤਰਾਜ਼ੂ ਵਿੱਚ ਤੋਲਦਾ ਹੋਇਆ ਸਾਢੇ ਤਿੰਨ ਵਜੇ ਰਾਤ ਦੇ ਉਫਕੇ ਬਦੀਨਾ ਤੇ ਅੱਕ ਦੇ ਬਤੂਲ ਦਾ ਕੰਮੀ ਆ ਰਲਿਆ ਸੱਤ ਵਾਰ ਦਾਰੇ ਮਦੀਨੇ ਦਾ ਤਵਾਫ ਕੀਤੇ ਜੰਗਲ ਦੇ ਗੱਲ ਸ਼ੁਰੂ ਹਨ ਬੜੇ ਸ਼ੌਕ ਹਨ ਕੱਲ ਤੋਂ ਸ਼ੁਰੂ ਇਹ ਮਜ਼ਮੂਨ ਨਾ ਪੜਦਾ ਮੁਹਰਮ ਅਧੂਰੇ ਮੁਹਰਮ ਪੜਨ ਦਾ ਤਰੀਕਾ ਆਪਣਾ ਚਾਹੀਦਾ ਮੁਹਰਮ ਜਿਹੜੀ ਮਖਸੂਸੀ ਸੱਤ ਵਾਰ ਤਾਰੇ ਮਦੀਨੇ ਦਾ ਤਵਾਫ ਕੀਤੇ ਅਲਮ ਗਵਾਹ ਹੈ ਕੁਰਾਨ ਪੜੇ ਤਾਰੇ ਬਿਸਮਿਲ੍ਲਾਹ ਰਹਿਮਾਨ ਰਹੀਮ ਵਲਲਜ਼ੀ ਖਲਕਾ ਮਿਨਲ ਮਾਇ ਬਸ਼ਰਨ ਫਜਾਲਹੁ ਨਸਬੰ ਵਸਿਹਰਾ ਪਕਾਨ ਰੱਬੁਕਾ ਕਦੀਰਾ ਮਾਂ ਦੇ ਸ਼ਿਕਮ ਚ ਸਾਹ ਲਮਣ ਵਾਲੇ ਬਾਲਾ ਹੀ ਬੋਲ ਕੇ ਤਾਦ ਦਿੱਤੀ ਪੌਣੇ ਚਾਰ ਵਜੇ ਰਾਤ ਦੇ ਅਲੀ ਦੇ ਬੂਹੇ ਤੇ ਤਾਰਾ ਆ ਗਏ
سلمان ابو ذر مقداد عمار بلال حذیفہ یمانی جابر انصاری ابو ایوب ابو درجانا شعیب بن صالح مقداد بن اسود بچدے ہوئے علی دے حجرے چین نہ بتی نہ دیوہ نہ قالین نہ صوفے نہ میزہ نہ فرنیچر جبین نو سجدہ بے نیاز جھکا کے سبوہن قدوس ون ربنا و رب الملائکت ون رودی علی تسبیح پیا پڑھ دے سلمان پیر چوم کے آدے آجی تسبیح تے زور دے ون دی رات کمی بوہے تے آگئے تو تسبیح تے زور دے اگے تھوڑی عبادت کی تھی علی مسکرا کے آدے سلمان کدی شریف گھر دے دورے انتظام کر دے ویکھے نہیں آئے ماں اللہ دے گھر انتظام میں کرا جلی یاد جمایا میرے انتظام جا دی وطن تے ہاتھ ملے دی مر گئی
شام جہری درات دی دعوازا دے رلے ہوں وا Bye-bye.
ਅੱਜ ਗਿਰਿਆ ਕਿਉਂ ਸੀ ਅੱਜ ਤੇਰੇ ਦੁੱਖੇ ਰੁਆਏ ਬੀਬੀਆਂ ਦੇ ਯਾਦ ਹੀ ਮੈਨੂੰ ਬਾਬਾ ਮਿਲੇ ਅੱਜ ਤੇਰੀ ਕੈਦ ਛੋਟ ਹੋਏ ਮੈਂ ਤੈਨੂੰ ਖਿੱਡਣ ਆਇਆ ਮੌਲਾ ਮੈਂ ਲਾਜ ਦੀ ਮਹਿਮਾਨ ਮੈਂ ਤੇਰੇ ਨਾਲ ਔਖੇ ਸੌਖੇ ਵਕਤ ਗੁਜ਼ਾਰੇ ਮੈਂ ਖਾਲੀ ਬਲੀਆਂ ਗਿੱਲਾ ਨਹੀਂ ਦਿੱਤਾ ਯਾ ਅਲੀ ਮੈਂ ਛਿੜਕਾਂ ਝੱਲਣ ਮੈਂ ਚੁੱਪ ਰਹੀਆਂ ਯਾ ਅਲੀ ਤੂੰ ਚਾਲੀ ਚਾਲੀ ਦੀ ਮੇਰੇ ਪਿਓ ਦਾ ਜੰਗਾ ਲੜ ਰਿਹਾ ਮੈਂ ਜਵੇ ਦੀ ਰੋਟੀ ਰੱਖਦੀ ਆ ਯਾ ਅਲੀ ਮੇਰੇ ਜਿਗਰ ਦੇ ਵਿੱਚ ਜ਼ਖਮ ਮੈਂ ਅਗਰ ਕੋਈ ਖਿਦਮਤ ਚ ਕਮੀ ਰਹਿ ਗਈ ਹੋਵੇ ਤੇ ਯਾ ਅਲੀ ਮੈਂ ਕੋ ਮਾਫ ਮਹਿਮਾਨ ਹੋਏ ਅੱਲਾ
آسمان نو لبایا فلاں بدول راضی ہوا اگر دو منزل بدے نے تو مجلس نہ ہو سی تو کوئی ہور شاید ہو سی باہر چاڑے گئے علی روندا ٹر گئے حسنین نو نبھائے سونے کپڑے پوا آپ روٹیاں پکاون لگ فضا دیے اگے پاسے دا آزار رہی اسا دائیاں جو ہے اج یہ بھیڑ فضا آخری خدمات ہے اج تا ہتھ نہ پکیاں کھوائی وجہ ونجا مانا بچڑے نانے دے روزے تے اج میں دی دعا مانگو اج میں پیو کے تے موجی آ حسن نال سائیں گئے حسین مزار تے ہتھ رکھ آدھے نانا تو ٹر گئے غریبی آ گئی اماں بیمارے دعا منگ یتیم نہ بنو رسول لازت باہر آئے آدھے دعا نہ منگ والوانج ماں مر گئی ہے کوئی بیٹھے رو منا دا چھوٹیاں ہرا جڑ دیاں جلے بیڑے آئے آدھے دائی میری ماں کچھے آدھے یہ مدت بعد سائے گئی ہے سید آدھے کنڈا میں ماں تو بہنا پہلے روٹی کھا آدھے تو بوا کھول میں ماں نو ملدہ بھی زادی ہے منع کر گئی آئی حسین آدھے مد گدری ہے یہ علم نہیں بھی میں کا ہونا در پکڑ کے آدھے اممہ میں غریبا اندر وابا جایا وردے اللہ مان رومان اللہ جلے بوا کھلے مالیٹی ہوئی یہ ڈا تھاک کے ماما سم تے بچڑے آم ایڈے رنگ جگہ نن ماما رسدہ دی حسین مون آل مول آئے آدھے اممہ انجے پیار کر جی میں بستے بیلے کر دیا میت کم بیئے بطول بولی نہیں ہو بچہ پٹا نالا جلے یتین تھا حسین تھا کنے چھوٹا سید مانا لیٹ گئے ہاتھ ودا کے آدھے غریب نال کیوں رس دی میت کم بھی ہے بطول بولی نہیں حسین میت چھوڑی آدھے تا ادھارن آج تو نہ یدھے دی کل میں نال ایسا زہر آدھا ہاتھ چمے
ਦਿੱਤੇ ਧੀਆ ਚੱਕਿਆ ਤਾਂ ਨਹੀਂ ਬੈਠੇ ਆਖਰੀ ਲਫ਼ਜ਼ ਤੇ ਆ ਦਿੱਤਾ ਤਾਂ ਲਫ਼ਜ਼ੀ ਆ ਮੈਂ ਆਪਣੇ ਜਿਗਰ ਦੇ ਰੱਤ ਲਾ ਦੇਣਾ ਡੂਬ ਜੇ ਰਾਤ ਦੇ ਕੁੱਲ ਮਦੀਨਾ ਸਹਿ ਗਏ ਮਹਰਮ ਮਨਾ ਮਨਾ ਲੈ ਓਏ ਲਾਕੇ ਦੇ ਸੁਣੀ ਸ਼ੀਆ ਕੁੱਲ ਮਦੀਨਾ ਸੁੱਤਾ ਹੋਏ ਜਨਾਜ਼ੇ ਚਾ ਮਨਾ ਲੈ ਬੰਦੇ ਪੂਰੇ ਨਹੀਂ ਸਹੀ ਅਤਾ ਭੂਤ ਜਾਏ ਇੱਕ ਮੂਠੇ ਆਪਣੇ ਚ ਰੱਖੇ ਇੱਕ ਫਿਜ਼ਾ ਪਿੱਛੇ ਮਰਦ ਨਹੀਂ ਡੂਬਾ ਦੇ ਚਾਇਆ ਜਿਹਦੇ ਦਰਵਾਜ਼ੇ ਦੇ ਬਾਹਰ ਬਦੂਲ ਦਾ ਜਨਾਜ਼ਾ ਆਏ ਅਲੀ ਲਿਖੇ ਕੋਈ ਬੱਚੀ ਮਈਅਤ ਦੇ ਥੱਲੇ ਆਦੀ ਭਈ ਏ ਅੱਜ ਹੁਸੈਨ ਕੌਣ ਹੁਸੈਨ ਦੇ ਮੇਰੀ ਫੇੜ ਜਾਵੇ ਸੈਦ ਅੱਜ ਤਾਬੂਤ ਜਲਦੀ ਰੱਖੋ ਤੋੜੇ ਜੋ ਰਾਤ ਆਈ ਅਲੀ ਅਬਾਲ ਹਾਕੇ ਥੀ ਤੇ ਦਿੱਤੀ ਏ ਹੌਲੇ ਹੌਲੇ ਆਦੇ ਤੂੰ ਬਾਹਰ ਕਿਉਂ ਆਈ Thank you.